ਯਾਰ ਰੋਟੀ ਖਾ ਵੀ ਲਈ ਜੇ ਤੋ ਹੋਰ ਕੀ ਹੋਲੀ ਰੋਟੀ ਖਾ ਲਿਆ ਕਰੋ ਤੇ ਤੇ ਬਹੁਤੀ ਫਾਸਟ ਜੇ ਲੈ ਲਿਆ ਮੈਂ ਫੇਰ ਇੰਨੀ ਕ ਦੇਰ ਲੱਗਦੀ ਆ ਰਹਿਣ ਦੇ ਕੋਈ ਨਹੀਂ ਨਹੀਂ ਮੈਂ ਕੋਈ ਨਾ ਰੱਖ ਦੇ ਨਹੀਂ ਸਕਦੀ ਸਿਮਰਤ ਮੈਨੂੰ ਡਾਕਟਰ ਦਾ ਫੋਨ ਆਇਆ ਸੀ ਹਾਂਜੀ ਕੀ ਕਹਿੰਦੇ ਯਾਰ ਕੱਲ ਆਪਾਂ ਟੈਸਟ ਨਹੀਂ ਕਰਾਏ ਸੀ ਤੇ ਡਾਕਟਰ ਕਹਿੰਦੀ ਸੀ ਕਿ ਉਹਦੀ ਰਿਪੋਰਟ ਆ ਗਈ ਆ ਤੇ ਹੁਣ ਨਾ ਸਮਨ ਨਜ਼ਦੀਕ ਹੀ ਆ ਗਿਆ ਵਾ ਤੇ ਤੁਸੀਂ ਆਪਣਾ ਧਿਆਨ ਰੱਖੋ ਤੇ ਕੁਝ ਵੀ ਹੋਵੇ ਨਾ ਉਸ ਟਾਈਮ ਤੁਸੀਂ ਹੋਸਪਿਟਲ ਆ ਜਾਓ ਚਲੋ ਠੀਕ ਆ ਫਿਰ ਧਿਆਨ ਰੱਖੂੰਗੀ ਆਪਣਾ ਯਾਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਵੇਲੋ ਤੁਸੀਂ ਤਾਈ ਜੀ ਵੇਲੋ ਕਿੰਨੇ ਦਿਨ 2 ਦਿਨ ਅਜੇ ਹੋਈ ਨੀ ਉਹਨਾਂ ਨੂੰ ਆਈ ਨੂੰ ਯਾਰ ਮੇਰੇ ਖਾਣ ਪੀਣ ਤੇ ਵੀ ਇਹਨਾਂ ਨੇ ਰੋਕ ਟੋਕ ਕਰ ਦਿੱਤੀ ਆ ਪਹਿਲਾਂ ਆਉਂਦੇ ਕੱਪੜੇ ਤੇ ਇਹਨਾਂ ਨੇ ਕਿਹਾ ਹੁਣ ਖਾਣ ਪੀਣ ਤੇ ਵੀ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਯਾਰ ਤੈਨੂੰ ਪਤਾ ਵਾ ਉਹਨਾਂ ਦੇ ਪੁਰਾਣੇ ਖਿਲਾਤ ਆ ਤੇ ਜਿਵੇਂ ਪਹਿਲਾਂ ਚੱਲਦਾ ਸੀ ਉਸ ਹਿਸਾਬ ਨਾਲ ਚਲਾਉਣ ਨੂੰ ਫਿਰਦੇ ਤੈਨੂੰ ਚੱਲ ਕੋਈ ਨੀ ਤੂੰ ਮੰਨ ਲਾ ਉਹਨਾਂ ਦੀ ਵੀ ਗੱਲ ਨਾਲੇ ਉਹਨਾਂ ਦਾ ਵੀ ਮਾਨ ਰੱਖਿਆ ਜਾਊਗਾ ਯਾਰ ਮੈਂ ਤੇ ਕਿਹਾ ਤੇ ਗਾ ਹੁਣ ਜੇ ਮੈਂ ਕੱਲ ਦੀ ਨੂੰ ਕਿਹਾ ਕਿ ਜਿਹੜੀ ਮੈਂ ਮੈਗੀ ਬ੍ਰੈਡ ਖਾਣੇ ਆ ਪਰ ਉਹ ਕਹਿੰਦੇ ਨਹੀਂ ਮੈਗੀ ਬ੍ਰੈਡ ਨਹੀਂ ਖਾਣਾ ਇਹਨੂੰ ਪਤਾ ਨਹੀਂ ਕੀ ਉਹ ਰੋਟੀ ਦੇ ਉੱਪਰ ਜਿਹੜਾ ਚੋਪੜ ਕੇ ਦਿੰਦੇ ਤੇ ਘਿਓ ਦੇਸੀ ਘਿਓ ਜਿਹੜਾ ਪਾਉਣ ਵਾਲਾ ਹੁੰਦਾ ਔਰ ਪਤਾ ਨਹੀਂ ਕੀ ਕੁਛ ਕਹਿੰਦੇ ਖਾਓ ਯਾਰ ਪਰ ਮੈਂ ਅਮਨ ਨਹੀਂ ਕਰਦਾ ਮੈਂ ਦੀਦੀ ਨੇ ਵੀ ਗੱਲ ਕਹੀ ਕਿ ਮੈਂ ਨਹੀਂ ਮੰਗਦੀ ਇਹ ਮੰਗਦਾ ਪਰ ਤਾਂ ਵੀ ਮੇਰੀ ਗੱਲ ਨਹੀਂ ਸੁਣਦੇ ਚੱਲ ਕੋਈ ਨਹੀਂ ਉਹਨਾਂ ਸਾਹਮਣੇ ਨਾ ਤੂੰ ਆਹ ਚੀਜ਼ਾਂ ਨਾ ਮੰਗਿਆ ਕਰ ਜੇ ਕੁਝ ਖਾਣਾ ਹੁੰਦਾ ਤਾਂ ਮੈਨੂੰ ਦੱਸਦਾ ਕਰ ਮੈਂ ਤੈਨੂੰ ਲੈ ਕੇ ਦੇ ਦਿਆ ਕਰੂੰਗਾ ਇੱਥੇ ਕਮਰੇ 'ਚ ਬਹਿ ਖਾ ਲਿਆ ਕਰ ਚਲੋ ਠੀਕ ਹੈ ਫਿਰ ਅੱਜ ਸ਼ਾਮ ਨੂੰ ਫਿਰ ਮੇਰੀ ਕੁਝ ਖਾਣ ਲੈ ਕੇ ਆਇਆ ਪਰ ਰੋਜ਼ ਰੋਜ਼ ਨਹੀਂ ਆ ਚੀਜ਼ਾਂ ਡਾਕਟਰ ਨੇ ਵੀ ਆਪਾਂ ਨੂੰ ਕਿਹਾ ਵਾ ਕਿ ਬਾਹਰ ਦੀਆਂ ਚੀਜ਼ਾਂ ਘੱਟ ਹੀ ਖਾਣੀਆਂ ਵਾ ਤੇ ਆ ਜੋ ਵੀ ਤਾਈ ਜੀ ਕਹਿੰਦੇ ਆ ਨਾ ਉਹ ਸਾਰੀ ਚੀਜ਼ਾਂ ਖਾ ਅੱਜ ਤੇ ਲੈ ਕੇ ਆਓਗੇ ਨਾ ਕੁਝ ਖਾਣ ਲਈ ਚੱਲ ਕੋਈ ਨਹੀਂ ਸ਼ਾਮ ਦਾ ਸ਼ਾਮੀ ਵੇਚ ਲੈਂਦੇ ਆਪਾਂ ਚਲੋ ਠੀਕ ਹੈ ਫਿਰ ਠੀਕ ਹੈ ਫਿਰ ਮੈਂ ਫਿਰ ਵੇਖਦੀ ਕੰਮ ਕਰ ਕੋਈ ਕਰਨਾ ਹਾਂਜੀ ਤਾਈ ਜੀ ਕੁਝ ਨਹੀਂ ਲੈ ਕੇ ਆਉਣਾ ਮੁੰਡਿਆ ਫਿਰ ਮੈਂ ਗੱਲ ਦੱਸਾਂ ਨਹੀਂ ਨਹੀਂ ਮੈਂ ਕਿੱਥੇ ਲੈ ਕੇ ਆਉਣਾ ਮੈਂ ਤਾਂ ਵੈਸੇ ਕਹਿਣਾ ਨਹੀਂ ਨਹੀਂ ਤਾਈ ਜੀ ਉਹ ਤਾਂ ਵੈਸੇ ਗੱਲ ਕਰ ਲੈਂਦੇ ਸੀ ਮੈਂ ਉਹਨਾਂ ਨੂੰ ਚੀਜ਼ ਪੁੱਛਣ ਨਹੀਂ ਕੋਈ ਮੈਂ ਉਹਨੂੰ ਸਮਝਾਤਾ ਵਾ ਕਿ ਤਾਈ ਜੀ ਜੋ ਕਹਿੰਦੇ ਆ ਨਾ ਤੂੰ ਉਹੀ ਕਰਨਾ ਵਾ ਤੇ ਉਹੀ ਖਾਣਾ ਵਾ ਬਸ ਇਹ ਤਾਂ ਗਏ ਫਾਇਦਾ ਪੁੱਤ ਨਾਲੇ ਮੇਰੀ ਸੁਣ ਗੱਲ ਆ ਤੁਸੀਂ ਕਿਤੇ ਨਾ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਜੇ ਪੁੱਤ ਅੱਗੇ ਇਤਨਾ ਨਹੀਂ ਹੁੰਦਾ ਉਹਨੂੰ ਹੁਣ ਇੰਨਾ ਦਿਨਾਂ 'ਚ ਕੰਮ ਕਰਨਾ ਚਾਹੀਦਾ ਜਿੰਨਾ ਆਪਾਂ ਕੰਮ ਕਰਾਂਗੇ ਨਾ ਉਨੀ ਉਹ ਸੌਖੀ ਰਹੂਗੀ ਇਹ ਨਹੀਂ ਵੀ ਬੈੱਡ 'ਤੇ ਬੈਠਿਆ ਜਾਂ ਲੇਟਿਆ ਸੌਖਾ ਕੰਮ ਹੋ ਜਾਊ ਪੁੱਤ ਤੁਰ ਫਿਰ ਕੇ ਤੂੰ ਕੰਮ ਕਰ ਥੋੜ੍ਹਾ ਬਹੁਤਾ ਪਿੱਛੇ ਦੇ ਲੋਕ ਪਤਾ ਕੀ ਕਹਿੰਦੇ ਹੁੰਦੇ ਅਮਾ ਜਾ ਫਿਰ ਉਹ ਪੈਰਾਂ ਭਰ ਦੇ ਕੇ ਪੋਚਾ ਲਾਓ ਪੁੱਤ ਤੂੰ ਹੀ ਸੌਖੀ ਰਹਿਣਾ ਵਾ ਮੁੜ ਕੇ ਆਵੇ ਫਿਰ ਤੁਸੀਂ ਢਿੱਡ ਭੜਵਾਉਂਦੇ ਫਿਰੋਗੇ ਤੁਹਾਨੂੰ ਨਹੀਂ ਪਤਾ ਲੱਗਦਾ ਪਰ ਤਾਈ ਜੀ ਮੇਰੇ ਕੋਲ ਇੰਨਾ ਕੰਮ ਨਹੀਂ ਹੁੰਦਾ ਜੀ ਨਾਲੇ ਤਾਈ ਜੀ ਡਾਕਟਰ ਨੇ ਵੀ ਕਿਹਾ ਵਾ ਕਿ ਹੱਲੇ ਰੈਸਟ ਹੀ ਕਰੇ ਤਾਂ ਵਧੀਆ ਵਾ ਜ਼ਿਆਦਾ ਕੰਮ ਨਹੀਂ ਕਰਾਉਣਾ ਉਹ ਡਾਕਟਰਾਂ ਪਿੱਛੇ ਨਹੀਂ ਲੱਗੀਦਾ ਉਹ ਸਾਰੇ ਪੁੱਠੀਆਂ ਮੱਤਾਂ ਹੀ ਦਿੰਦੇ ਆ ਮੇਰੀ ਸੁਣ ਪੁੱਤ ਗੱਲ ਅਸੀਂ ਵੀ ਨਿਆਣੇ ਜੰਮੇ ਆ ਸਾਨੂੰ ਪਤਾ ਵਾ ਜਿੰਨਾ ਆਪਾਂ ਕੰਮ ਕਰਾਂਗੇ ਨਾ ਹੌਲੀ ਹੌਲੀ ਨਿੱਕਾ ਮੋਟਾ ਤੈਨੂੰ ਇਹ ਨਹੀਂ ਆਉਂਦੀ ਭਾਰਾ ਕਰ ਨਿੱਕਾ ਨਿੱਕਾ ਕੰਮ ਕਰ ਪੁੱਤ ਕੰਮ ਕੀਤਾ ਤੇਰਾ ਸਰੀਰ ਸੁਤਰ ਰਹੂਗਾ ਤੇਰੀ ਜਾਨ ਨੂੰ ਕੋਈ ਤੰਗੀ ਨਾ ਹੋਊਗੀ ਮੈਂ ਤੇ ਤੁਹਾਡੇ ਫਾਇਦੇ ਆ ਤੇ ਐਨੀ ਆ ਤੇ ਜਿਹੜੀ ਖਾਣ ਪੀ ਤੂੰ ਮੁੜਿਆ ਕੰਮ ਕੁੰਮ ਬਾਹਰ ਕਰਿਆ ਕਰ ਉਹਨੂੰ ਵੀ ਕਰਨ ਦੇ ਤੂੰ ਉਹਦੇ ਲਾਗੇ ਜੁੜ ਕੇ ਬੈਠਾ ਨਹੀਂ ਮੈਂ ਤਾਂ ਹੁਣੇ ਬਾਹਰ ਰੋਟੀ ਖਾਣੀ ਆਇਆ ਸੀ ਘਰੇ ਆ ਵੇਖ ਕਿੰਨੀ ਗਰਮੀ ਆ ਕਿੰਨਾ ਹੂਸ ਆ ਉਹਦੇ ਬਾਹਰ ਕਿਤੇ ਮਾਸਾ ਠੰਡੀ ਹਵਾ ਆਉਣ ਡਈ ਆ ਤੈਨੂੰ ਫਾਇਦਾ ਵਾ ਦਾ ਤੂੰ ਅੰਦਰ ਵੜ ਕੇ ਬੈਠੀ ਆ ਨਾਲੇ ਇੱਕ ਗੱਲ ਸੁਣ ਮੇਰੀ ਮੁੰਡਿਆ ਅੱਜ ਤੋਂ ਤੂੰ ਲੋਬੀ ਚ ਮੰਜਾ ਡਾਉਣਾ ਬੜੀ ਸੋਹਣੀ ਹਵਾ ਆਉਂਦੀ ਕਿਤੇ ਠੰਡੀ ਪੱਖਾ ਲੱਗਾ ਵੇ ਕਿੰਨੇ ਨਜ਼ਾਰੇ ਉਹ ਮੀਂਹ ਪੈਣ ਡਿਆ ਈ ਨਾਲੇ ਬਾਹਰੋਂ ਹਵਾ ਆਉਂਦੀ ਕਿੱਡੀ ਸੋਹਣੀ ਇੱਥੇ ਅੰਦਰ ਕੀ ਤੂੰ ਗੁੰਮ ਚ ਵੜਿਆ ਰਹੀ ਨਾ ਉਹ ਨਹੀਂ ਨਹੀਂ ਤਾਈ ਜੀ ਮੈਨੂੰ ਤਾਂ ਬਾਹਰ ਨੀਂਦ ਨਹੀਂ ਆਉਂਦੀ ਉਹ ਆਉਣ ਡਿਆ ਪੈਣੀ ਨੀਂਦ ਮੈਂ ਜਿੰਨੀ ਦੇਰ ਤੱਕ ਆਪਣੇ ਕਮਰੇ ਚ ਨਾ ਨਾ ਸੋਵਾਂ ਮੈਨੂੰ ਤਾਂ ਵੈਸੇ ਨੀਂਦ ਨਹੀਂ ਆਉਂਦੀ ਉਹ ਦਿਹਾੜੀ ਦਾ ਹੁੰਦਾ ਬੰਦਾ ਫਿਰ ਗਿੱਜ ਜਾਂਦਾ ਵਾ ਨਾਲੇ ਨਾ ਇੰਨਾ ਦਿਨਾਂ ਚ ਸਿਆਣਾ ਬੰਦਾ ਹੀ ਲਾਗੇ ਲੰਮਾ ਪੈਂਦਾ ਉਹ ਤੂੰ ਪਤਾ ਨੀ ਹੁੰਦਾ ਵੇਲੇ ਕੁ ਵੇਲੇ ਦਾ ਇੱਥੇ ਹੁਣ ਮੈਂ ਪਿਆ ਕਰੂੰ ਤੇ ਤੂੰ ਪਿਆ ਕਰੀ ਬਾਹਰ
ਤਾਈ ਜੀ ਪਰ ਮੈਨੂੰ ਤਾਂ ਬਾਹਰ ਨੀਂਦ ਨਹੀਂ ਆਉਂਦੀ। ਕੋਈ ਗੱਲ ਨੀ, ਆ ਮਹੀਨਾ ਦੋ ਮਹੀਨੇ ਹੀ ਆ, ਫਿਰ ਤੈਨੂੰ ਆਪੇ ਨੀਂਦ ਇੱਥੇ ਆਉਣ ਡੈ ਪੈਣੀ ਆ। ਮੈਂ ਇੱਥੇ ਬਾਹਰ ਸੌ ਜਾ ਕਰੂੰ, ਤੂੰ ਇੱਥੇ ਸੋਇਆ ਕਰੀ। ਨਾਲੇ ਕਾਕਾ ਜਦੋਂ ਅਗਲਾ ਰਾਤ ਰੋਇਆ ਨਾ ਬੱਚਾ, ਤੇ ਫਿਰ ਤੈਨੂੰ ਸ਼ੀਸ਼ੀ ਨਾਲ ਦੁੱਧ ਪਿਆਉਣਾ ਪਿਆ, ਤੇ ਫਿਰ ਤੂੰ ਆਪੇ ਅਗਲੇ ਦਿਨ ਮੈਨੂੰ ਕਹਿਣਾ ਤਾਈ ਜੀ ਮੈਂ ਉੱਥੇ ਸੋ ਜਾਂਦਾ, ਤੁਸੀਂ ਇੱਥੇ ਆ ਜਾਓ, ਫਿਰ ਨਹੀਂ ਮੈਂ ਆਉਣਾ। ਇਹ ਹੁਣ ਗੱਲ ਸਮਝ ਲਾ। ਪਰ ਤਾਈ ਜੀ ਮਹੀਨਾ ਇੱਕ ਦੋ ਮਹੀਨਾ ਕਿਉਂ? ਤੇ ਕਾਕਾ ਪਹਿਲਾਂ ਬੱਚਾ ਹੋਣਾ, ਮੁੜ ਕੇ ਉਹਨੇ ਰਾਤ ਉੱਠ ਕੇ ਦੁੱਧ ਵੀ ਮੰਗਣਾ, ਤੇ ਦੁੱਧ ਤਾਂ ਸਿਆਣਾ ਬੰਦਾ ਕਿਉਂ ਦਾ, ਤੂੰ ਆਉਣਾ ਮੈਨੂੰ ਉੱਥੇ ਨੀਂਦ ਨਹੀਂ ਆਉਂਦੀ, ਤੇ ਮੈਂ ਫਿਰ ਬਾਹਰੋਂ ਥੋੜ੍ਹਾ ਦੁੱਧ ਦੇਣ ਆਉਣਾ ਉਹਨੂੰ, ਤੂੰ ਹੀ ਇੱਥੇ ਸ਼ੀਸ਼ੀ ਪਿਆਏਗਾ। ਅਗਲੀ ਆਕੜਾ ਮੇਰੇ ਕੋਲ ਉੱਠਿਆ ਨਹੀਂ ਕਰਦਾ। ਕਾਕਾ ਆਪਣੇ ਡੈਡੀ ਕੋਲ ਦੁੱਧ ਪੀ ਲਾ। ਚਲੋ ਕੋਈ ਨੀ, ਮੈਂ ਇੱਦਾਂ ਕਰੂੰਗਾ, ਮੈਂ ਬਾਹਰ ਹੀ ਸੋ ਜਾ ਕਰੂੰਗਾ। ਬਸ ਸਿਆਣੀ ਗੱਲ, ਚੱਲ ਕੁੜੀਏ ਹੁਣ ਤੂੰ ਇੱਥੇ ਨਾ ਬੈਠੀ ਰਹੋ ਚੁੱਪ ਕਰਕੇ, ਉੱਠ ਚੱਲ ਮੇਰੇ ਨਾਲ ਚੱਲ, ਵੀ ਤੂੰ ਵੀ ਮੇਰਾ ਬਾਹਰ ਕੋਈ ਕੰਮ ਧੰਦਾ ਵੇਖ ਲਿਆ ਕਰ, ਉਹਨੇ ਜੁੜ ਕੇ ਬੈਠਾ ਰਹਿਣਾ। ਬਾਹਰ ਚੱਲਾਂ ਮੈਂ। ਆਹੋ ਤੈਨੂੰ ਅੱਜ ਛੁੱਟੀ? ਨਹੀਂ ਮੈਂ ਤਾਂ ਰੋਟੀ ਖਾਣ ਆਇਆ, ਬਸ ਚੱਲਾਂ ਮੈਂ ਕੰਮ। ਚੱਲ ਰੋਟੀ ਖਾ ਲਈਏ ਨਾ, ਚੱਲ ਠੰਡੇ ਠੰਡੇ ਫਿਰ ਚੱਲ ਆ ਕੁੜੀਏ, ਤੂੰ ਹੀ ਚੁੱਕੇ ਜੇ ਹਾਂਜੀ, ਕੋਈ ਨਾ ਕੋਈ ਕੰਮ ਧੰਦਾ ਕਰ ਲਿਆ ਕਰ, ਇੱਥੇ ਥਾਂ ਨਹੀਂ ਜੁੜ ਕੇ ਬੈਠੇ ਰਹੀ। ਹਾਂਜੀ ਹਾਂਜੀ। ਚੱਲ ਕੋਈ ਨੀ, ਉਹਨਾਂ ਨੂੰ ਪਤਾ ਵਾ, ਹੁਣ ਤੈਨੂੰ ਪਤਾ ਵਾ ਮੈਨੂੰ ਤਾਂ ਬਹੁਤੀਆਂ ਚੀਜ਼ਾਂ ਦਾ ਪਤਾ ਨੀ ਆ, ਜੋ ਜੋ ਕਹਿਣਗੇ ਉਵੇਂ ਉਵੇਂ ਕਰਨਾ ਪੈਣਾ ਵਾ। ਚੱਲ ਕੋਈ ਨੀ, ਇੱਕ ਦੋ ਮਹੀਨੇ ਦੀ ਗੱਲ ਆ, ਔਖੇ ਸੌਖੇ ਹੋ ਕੇ ਐਡਜਸਟ ਕਰ ਲਾਂਗੇ। ਯਾਰ ਪਰ ਇਸ ਟਾਈਮ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਸਾਥ ਦੀ ਜ਼ਰੂਰਤ ਆ, ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਸਕਦੀ ਹਾਂ ਤਾਈ ਜੀ ਨਾਲ ਥੋੜ੍ਹੀ ਕਰੂੰਗੀ। ਯਾਰ ਤੂੰ ਕਿਉਂ ਟੈਨਸ਼ਨ ਲੈਣੀ ਆ, ਮੈਂ ਤੇਰੇ ਨਾਲ ਹੀ ਹਾਂ, ਕੋਈ ਵੀ ਗੱਲ ਹੋਵੇ ਤੂੰ ਦੱਸ ਮੈਨੂੰ, ਮੈਂ ਇੱਥੇ ਹੀ ਹਾਂ, ਮੈਂ ਕਿਹੜਾ ਕਿਤੇ ਹੋਰ ਚੱਲ ਜਾਣਾ ਵਾ। ਹਾਂਜੀ ਚਲੋ ਹੁਣ ਗੱਲਾਂ ਹੀ ਕਰਦੇ ਰਹੋ, ਬਾਹਰ ਵੀ ਨਿਕਲੇ ਕੋਈ ਕੰਮ ਤਾਂ, ਤੈਨੂੰ ਹੱਥ ਲਾ ਲਓ, ਘੰਟਾ ਹੋ ਗਿਆ ਮੈਨੂੰ ਖਲੋਤੀ ਨੂੰ। ਚਲੋ ਬਾਹਰ ਨਿਕਲ ਕੇ ਮਾਸਾ ਭੋਰਾ ਪੁੱਤ ਹੱਥ ਲਾ, ਇੰਨਾ ਦਿਨਾਂ ਦੇ ਨਿੱਕਾ ਮੋਟਾ ਕੰਮ ਕਰਦਿਆ ਹਿੱਲਿਆ ਜੁਲਿਆ ਕੁਛ ਨੀ ਹੁੰਦਾ। ਓਹੋ ਤਾਈ ਜੀ ਤੁਹਾਨੂੰ ਨੀ ਪਤਾ, ਅੱਜ ਉਹ ਸਿਮਰਤ ਪ੍ਰੈਗਨੈਂਟ ਹੋਈ ਆ ਨਾ, ਹਿਸਾਬ ਲਾ ਲਓ ਉਹਨੇ ਕਦੀ ਕੋਈ ਕੰਮ ਨੀ ਕੀਤਾ। ਮੰਮੀ ਜੀ ਨੇ ਉਹਨੂੰ ਹਮੇਸ਼ਾ ਇਹੋ ਹੀ ਕਿਹਾ ਵਾ ਕਿ ਤੂੰ ਬੈੱਡ ਰੈਸਟ ਕਰਨੀ ਆ, ਸਾਰਾ ਘਰ ਦਾ ਕੰਮ ਮੈਂ ਕਰਦੀ ਆ, ਤੇ ਤੁਸੀਂ ਹੁਣ ਮੰਮੀ ਦੀ ਗੈਰ ਹਾਜ਼ਰੀ 'ਚ ਉਹਦੇ ਤੇ ਰੋਬ ਪਾਉਣ ਡੇ ਜੇ ਕਿ ਕੰਮ ਕਰ। ਉਹ ਜਦੋਂ ਕੰਮ ਕਰ ਸਕਦੀ ਸੀ ਨਾ ਪਹਿਲੇ ਪਹਿਲੇ, ਹੁਣ ਤੇ ਉਹਨੂੰ ਅੱਠਵਾਂ ਨੌਵਾਂ ਮਹੀਨਾ ਚੱਲਣ ਡਿਆ ਵਾ, ਤੇ ਹੁਣ ਉਹਦੇ ਕੋਲ ਕਿੱਥੇ ਕੰਮ ਹੋਣਾ ਵਾ, ਹੁਣ ਤੇ ਮਹਾਂ ਢਿੱਡ ਸੰਭਾਲਦੀ ਆ, ਤੇ ਉਹਨੇ ਤੇ ਉਦੋਂ ਨੀ ਕੰਮ ਕੀਤਾ ਤੇ ਹੁਣ ਕਿੱਥੋਂ ਕਰ ਲੂਗੀ। ਨਾਲੇ ਪਤਾ ਕੀ ਆ ਤਾਈ ਜੀ, ਜਦੋਂ ਮੰਮੀ ਜੀ ਆਏ ਨਾ ਉਹਨੇ ਮੰਮੀ ਜੀ ਨੂੰ ਲਾ ਦੇਣੀ ਆ ਤੁਹਾਡੀ ਸ਼ਿਕਾਇਤ, ਤੇ ਏਦਾਂ ਚੰਗੀ ਗੱਲ ਨੀ ਆ। ਮੈਂ ਨੀ ਚਾਹੁੰਦੀ ਕਿ ਤੁਹਾਡੇ ਦੋਵਾਂ ਦੇ ਵਿੱਚ ਫਿੱਕ ਪਵੇ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੇਰੀ ਸੁਣ ਕੁੜੀਏ, ਗੱਲ ਸ਼ਿਕਾਇਤ ਦੀ ਗੱਲ ਕੋਈ ਨੀ, ਮੈਨੂੰ ਨੀ ਪਤਾ ਤੁਹਾਡੀ ਮੰਮੀ ਨੇ ਕੀ ਕਰਾਇਆ ਤੇ ਕੀ ਨਹੀਂ ਕਰਾਇਆ, ਕਰਮਜੀਤ ਫਿਰ ਗਲਤੀ ਰਹੀ ਆ। ਬੈੱਡ ਰੈਸਟ ਦੱਸਦੀ ਇਹਨੂੰ, ਬੈੱਡ ਰੈਸਟ ਪਤਾ ਹੀ, ਇੱਕ ਤਾਂ ਪ੍ਰਸ਼ਨ ਹੋ ਬੱਚਾ ਹੋ ਤੁਰਿਆ ਫਿਰਦਿਆਂ ਤੂੰ ਪੁੱਤ ਸੌ ਕੰਮ, ਪਹਿਲਾਂ ਬੁੜੀਆਂ ਦੀ ਝਾਟੀ ਤੇਰਾ ਨਿਆਣੇ ਆਪਣਾ ਕੰਮ ਧੰਦਾ ਕਰਦੇ, ਬੱਚਾ ਹੋ ਪਿਆ
ਤੇ ਪੁੱਤ ਮੇਰੀ ਸੁਣ ਗੱਲ, ਜਿੰਨਾ ਚਿਰ ਆ ਮੈਂ ਇੱਥੇ ਮੈਂ ਤਾਂ ਰੱਖੂ ਆਪਣੇ ਤਰੀਕੇ ਨਾਲ, ਤੁਹਾਡੀ ਸੱਸ ਕਹੂ ਮੇਰੀ ਗੈਰ ਹਾਜ਼ਰੀ ਦੇ ਮਗਰੋਂ ਤੂੰ ਕੀ ਕਰਦੀ ਰਹੀ ਆ, ਤੂੰ ਬੱਚਿਆਂ ਨੂੰ ਇੰਨਾ ਵੀ ਨੀ ਦੱਸਿਆ ਵੀ ਆਹ ਕੰਮ ਕਰਦਾ? ਨਹੀਂ ਤਾਈ ਜੀ ਨਹੀਂ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਨੇ ਉਹਨੂੰ ਬੈੱਡ ਰੈਸਟ ਕਰਾਈ ਆ ਤੇ ਉਹਨੇ ਲੜ ਪੈਣਾ ਜੇ ਤੁਹਾਡੇ ਨਾਲ ਵੀ ਹੁਣ ਕੰਮ ਕਰਾਉਣ ਡੀਆ ਜੇ ਤੁਸੀਂ ਇਸ ਹਾਲਤ ਚ ਕੁੜੀ ਕੋ ਦੱਸੋ ਤਾਈ ਜੀ ਕੀ ਕਰਨਾ ਕੰਮ ਮੈਂ ਕਰਦੇ ਨੀ ਸਰ ਦੁਨੀਆ ਵੇਖੀ ਆ ਤੁਸੀਂ ਅਜੇ ਨਿਆਣਿਆਂ ਦੇ ਤੁਹਾਨੂੰ ਨੀ ਕਿਸੇ ਗੱਲ ਦਾ ਪਤਾ। ਤਾਈ ਜੀ ਪਤਾ ਕੀ ਗੱਲ ਆ, ਜੇ ਕੋਈ ਵੀ ਅਭੀ ਨਬੀ ਹੋ ਗਈ ਨਾ ਤੇ ਮੰਮੀ ਜੀ ਨੇ ਮੈਨੂੰ ਕਹਿਣਾ ਆ ਕੇ ਮੈਂ ਤੈਨੂੰ ਸਾਰੀ ਘਰ ਦੀ ਜ਼ਿੰਮੇਵਾਰੀ ਦੇ ਕੇ ਗਈ ਸੀ ਤੇ ਨਾਲ ਸਿਮਰਤ ਦੀ ਦੇ ਕੇ ਗਈ ਸੀ ਤੇ ਤੂੰ ਆ ਕੀ ਕੀਤਾ ਵਾ, ਤੂੰ ਕੁੜੀ ਦਾ ਧਿਆਨ ਨੀ ਰੱਖਿਆ, ਉਹ ਸਮਝੋ ਗੱਲ ਨੂੰ, ਉਹ ਤੇ ਅੱਗੇ ਮੇਰੇ ਦੁਆਲੇ ਹੋਏ ਰਹਿੰਦੇ ਗੱਲ ਗੱਲ ਤੇ। ਨਹੀਂ ਜੇ ਜ਼ਿੰਮੇਵਾਰੀ ਤੈਨੂੰ ਦੇ ਗਈ ਤੇ ਮੈਨੂੰ ਇੱਥੇ ਸੱਦਣ ਦਾ ਕੀ ਸੀ ਫਿਰ, ਮੈਨੂੰ ਨਾ ਸੱਦਦੀ ਜੇ ਪੁੱਤ ਹੁਣ ਮੈਨੂੰ ਛੱਡ ਕੇ ਗਈ ਆ ਨਾ, ਮੈਂ ਤੁਹਾਡੀਆਂ ਗੱਲਾਂ ਕੋਈ ਨੀ ਮੰਨਣੀ, ਕੋਈ ਜ਼ਿੰਮੇਵਾਰੀ ਨੀ ਤੇਰੀ, ਤੂੰ ਹੀ ਨਿਆਣੀ ਆ, ਸਾਰੀ ਜ਼ਿੰਮੇਵਾਰੀ ਮੈਂ ਲਊਂਗੀ ਜਿੰਨਾ ਚਿਰ ਤੱਕ ਉਹ ਆਉਂਦੀ ਨੀ, ਮੁੜ ਕੇ ਤੁਸੀਂ ਜੋ ਮਰਜ਼ੀ ਕਰਦੇ ਕਰੋ। ਚੱਲ ਪੁੱਤ ਤੂੰ ਲਾ ਦੋ ਚਾਰ ਫੁਲਕੇ ਫਿਰ ਕੇ ਲਾ, ਚੱਲ ਤੂੰ ਕੁਛ ਨੀ ਹੁੰਦਾ। ਸਾਰੀ ਜਾਰੀ ਮੰਜੇ ਤੇ ਚੜ ਕੇ ਬੈਠੀ ਰਹਿੰਦੀ, ਆਏ ਵੇਲੇ ਮੈਂ ਬਾਹਰ ਦਾ ਵੇਖ ਲੂ, ਚੱਲ ਕਰ ਨਿੱਕਾ ਮੋਟਾ ਕੰਮ। ਆਹੋ ਤੇਰੀਆਂ ਲੱਤਾਂ ਚ ਬਾ ਬਾ ਕੇ ਪਾਣੀ ਪਾਇਆ, ਤੁਰ ਕਿੱਥੇ ਤੇਰੇ ਕੋ ਜਾਣਾ ਹੁਣ, ਪਖਾਨੇ ਨਾ ਬਹੁਤੇ ਕਰ ਕਰ ਕੰਮ ਤੂੰ ਰੋਟੀ ਰੱਟ ਗਿਆ, ਚੱਲ ਚੱਲ ਤੂੰ ਬਾਹਰ, ਮੈਂ ਤੈਨੂੰ ਆਖਣੀ ਬਾਹਰ ਚੱਲ ਆਪਣਾ ਕੰਮ ਕਰ, ਮੈਂ ਸਿਆਣੀ ਕਿ ਤੂੰ ਸਿਆਣਾ ਵਾ, ਚੱਲ ਕੁੜੀਏ ਕਰ ਤੂੰ ਕੰਮ ਆਪਣਾ, ਕੁਛ ਨੀ ਹੁੰਦਾ ਲੱਤਾਂ ਨੂੰ। ਪਾਪ ਕਿਹਨੂੰ ਆਉਂਦਾ
ਸਾਹਿਲ ਨੂੰ ਸਮਝਾਉਂ ਹਾਂ ਕੀ ਕਰਨ ਦੀ ਆ। ਕੀ ਹੋਇਆ ਸਾਹਿਲ? ਉਹ ਸਿਮਰਾ ਦਾ ਤੁਹਾਨੂੰ ਅੱਗੇ ਪਤਾ ਵਾ, ਡਾਕਟਰ ਨੇ ਕਿਹਾ ਸੀ ਕਿ ਇਹਨੂੰ ਰੈਸਟ ਕਰਾਉਣੀ ਆ ਤੇ ਉਹਨੂੰ ਕੰਮ ਡਾਇਆ ਵਾ ਤਾਈ ਨੇ। ਵੇ ਮੇਰੀ ਗੱਲ ਸੁਣ, ਮੈਂ ਆਪ ਤਾਈ ਜੀ ਨੂੰ ਕਿਹਾ ਸੀ ਵੀ ਕੰਮ ਉਹਦੇ ਕੋਲ ਨਾ ਕਰਾਓ। ਉਹਨੇ ਪਹਿਲੇ ਮਹੀਨੇ ਚ ਨੀ ਕੰਮ ਕੀਤਾ ਤੇਰੇ ਸਾਹਮਣੇ, ਤਾਂ ਹੁਣ ਉਹਨੇ ਕਿੱਥੋਂ ਕਰਨਾ ਵਾ? ਹੁਣ ਤੇ ਮਹਾ ਤੁਰਦੀ ਆ। ਉਹ ਇੰਨਾ ਕੰਮ ਉਹਦੇ ਕੋਲ ਕਰਾਇਆ, ਉਹਦੇ ਪੈਰ ਤੱਕ ਸੁੱਜ ਗਏ ਆ। ਮੈਂ ਕੀ ਕਰਾਂ ਸਾਹਿਲ, ਮੈਂ ਤੇ ਆਪ ਦਵਾਈ ਪਾ ਕੇ ਆਈ ਹਾਂ ਕਿ ਤਾਈ ਜੀ ਇੱਦਾਂ ਨਾ ਕਰੋ, ਇੱਦਾਂ ਨਾ ਕਰੋ। ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ, ਉਹ ਕਹਿੰਦੇ ਕਿ ਮੈਂ ਆਪਣੇ ਹਿਸਾਬ ਨਾਲ ਚੱਲਣਾ ਵਾ, ਤੇਰੀ ਮੰਮੀ ਮੈਨੂੰ ਜ਼ਿੰਮੇਵਾਰੀ ਦੇ ਕੇ ਗਈ ਆ ਸਾਰੀ। ਮੇਰੀ ਗੱਲ ਸੁਣ, ਤੂੰ ਨਾ ਬਹੁਤਾ ਦਾਦਾ ਨਾ ਬਣ, ਤੂੰ ਸਿਆਣਾ ਵਾ ਤੇ ਤੈਨੂੰ ਹਰ ਇੱਕ ਗੱਲ ਦਾ ਪਤਾ, ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਤੈਨੂੰ ਪਤਾ ਵਾ। ਇਹ ਆ ਜੀ ਜਿਉਂ ਜੀ ਉਹਦੀਆਂ ਲੱਤਾਂ ਸੁੱਜੀਆਂ, ਇਹ ਤੁਹਾਡੀ ਸਾਰੀ ਹੋੜ ਮਾਤਿਆ। ਪਹਿਲਾਂ ਤਾਂ ਨੇ ਨੂੰਹ ਸੱਸ ਨੇ ਉਹਨੂੰ ਉਗਾੜਿਆ, ਇਹੋ ਜੀ ਉਹਦੀਆਂ ਲੱਤਾਂ ਸੁੱਜੀਆਂ, ਲੱਤਾਂ 'ਚ ਤਾਂ ਪਿਆ ਦੇ ਪਾਣੀ, ਕੰਮ ਧੰਦੇ ਨੂੰ ਡਾਹਿਆ ਨੀ, ਅੰਦਰ ਵਾੜ ਕੇ ਬਾਹਰਤਾ, ਹੁਣ ਜੀ ਆਇਆ ਉਹਦੇ ਕੋਲ ਹੁੰਦਾ ਕੁਛ ਨੀ। ਤਾਈ ਜੀ ਕੋਈ ਗੱਲ ਨੀ, ਉਹਨੇ ਕਦੀ ਕੀਤਾ ਨੀ ਨਾ ਕੰਮ, ਫਿਰ ਕੀ ਕਰੀਏ, ਉਹਨੂੰ ਆਦਤ ਨੀ ਹੈਗੀ। ਹੁਣ ਜਿਆਦਾ ਨੀ ਕਰਨ ਦੇ, ਤੁਸੀਂ ਬਿਨਾਂ ਜਾਣ ਬੁੱਝ ਕੇ ਸਾਰੇ ਕੰਮ ਅੱਜ ਹੀ ਕਰਾਉਣੇ ਆ, ਉਹਦੀ ਸਿਹਤ ਵੇਖ ਲਓ ਪਹਿਲਾਂ। ਤੇ ਜੇ ਤੁਹਾਨੂੰ ਆਪਣੀ ਮਰਜ਼ੀ ਕਰਦੀ ਤੇ ਮੈਨੂੰ ਕਹ ਲਿਆਦਾ, ਜੋ ਮਰਜ਼ੀ ਕਰੋ ਜਾਓ। ਨਹੀਂ ਨਹੀਂ ਤਾਈ ਜੀ, ਜੇ ਤਿਲਕ ਜਾਂਦੀ ਤੇ ਕੀ ਕਰਦੇ ਦੱਸੋ, ਫਿਰ ਵੇਲਾ ਹੱਥ ਆਉਂਦਾ ਮੁੜ ਕੇ। ਕਿਤੇ ਨਹੀਂ ਨਾ ਤਿਲਕਾ ਲੱਗੀ, ਉਹਨੇ ਹੱਥ ਪਾ ਲਿਆ। ਉਹ ਜ਼ਰੂਰੀ ਤੁਸੀਂ ਚਾਹੁੰਦੇ ਹੈ ਕਿ ਉਹ ਤਿਲਕੇ, ਉਹਦੇ ਸੱਟ ਫੇਟ ਲੱਗੇ। ਚੱਲ ਸਾਹਿਲ ਧੀਰਜ ਰੱਖ, ਮੇਰੀ ਗੱਲ ਸੁਣੋ ਤਾਈ ਜੀ, ਜੇ ਤਿਲਕ ਜਾਂਦੀ ਤੇ ਆਪਾਂ ਨੂੰ ਮੁੜ ਕੇ ਵੇਲਾ ਹੱਥ ਆਉਣਾ ਸੀ, ਹੁਣੇ ਕੀ ਦਾ ਕੀ ਬਣ ਜਾਣਾ ਸੀ। ਆ ਮੰਮੀ ਜੀ ਮੈਨੂੰ ਪੂਰਾ ਕਹਿ ਕੇ ਗਏ, ਮੈਨੂੰ ਤਾਂ ਸਾਹਿਲ ਨੂੰ ਕੀ ਉਹਦਾ ਧਿਆਨ ਰੱਖਿਓ। ਸਾਰਾ ਇੱਥੇ ਪੁੱਛ ਲੈਣਾ ਜੇ ਕੀ ਹੋਈ ਡਿੱਗੀ। ਚੱਲ 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 ਅੰਦਰ ਚੱਲ ਸਿਮਰਤ, ਬੈਠ ਤੇ। ਸ਼ਮੀ ਤੈਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਨਾ ਕਿ ਕੁੜੀ ਦਾ ਧਿਆਨ ਰੱਖਣਾ, ਤੂੰ ਕੁੜੀ ਕੋ ਗਿੱਲੀ ਜਗ੍ਹਾ ਤੇ ਪੋਚਾ ਡੇ ਮਰਵਾਣ। ਬੁਆ ਜੀ ਮੈਂ ਨਹੀਂ ਕਰਵਾਇਆ। ਸਿੱਧੀ ਹੋ ਕੇ ਬੈ। ਉਹ ਤਾਈ ਜੀ ਨੇ ਬਸ ਮਾੜਾ ਜਿਹਾ ਕਿਹਾ ਸੀ ਕਿ ਥੋੜਾ ਜਿਹਾ ਉਹਨੂੰ ਕੰਮ ਕਰਨ ਦਿਆ ਕਰੋ, ਐਵੇਂ ਸਾਡਾ ਪੈਰਾਂ 'ਚ ਪਾਣੀ ਪੈ ਜਾਂਦਾ ਵਾ ਤੇ ਬੱਚੇ ਤੇ ਵੀ ਗਲਤ ਅਸਰ ਪੈਂਦਾ ਵਾ, ਥੋੜਾ ਤੁਰਿਆ ਫਿਰਿਆ ਕਰ ਤੇ ਕੰਮ ਕਰਿਆ ਕਰ। ਮੈਂ ਤੇ ਉਹਨਾਂ ਨੂੰ ਪਹਿਲੇ ਕਹਿਣ ਦੀ ਆ ਕਿ ਉਹ ਉਹਨੇ ਸ਼ੁਰੂ ਤੋਂ ਕੰਮ ਨਹੀਂ ਕੀਤਾ, ਉਹਨੂੰ ਔਖਾ ਲੱਗਣਾ। ਨਹੀਂ ਗਲਤ ਅਸਰ ਕਾਹਦਾ ਪੈ ਜਾਊਗਾ, ਉਹ ਕਿਹੜੀ ਇਲੈਕਸ਼ਨਾਂ ਲੜਨ ਡਿਆ ਹੈ ਜਿਹੜਾ ਉੱਥੇ ਲੜਾਈ ਝਗੜਾ, ਗਲਤ ਅਸਰ ਪੈ ਜਾਊਗਾ। ਚੁੱਪ, ਰੋਂਦੀ ਕਿਉਂ ਹੈ, ਤੇ ਲੱਗੀ ਤੇ ਨਹੀਂ ਕਿਤੇ? ਨਹੀਂ। ਠੀਕ ਹੈ ਨਾ ਤੂੰ? ਹਾਂਜੀ। ਨਾਲੇ ਹੱਡਾਂ 'ਚ ਪਾਣੀ ਕਾਹਦਾ ਪੈ ਜਾਣਾ। ਨਾ ਮੇਰੀ ਗੱਲ ਸੁਣੋ ਭੈਣ ਜੀ, ਕੁੜੀ ਡਿੱਗ ਪਈ, ਤੁਸੀਂ ਉਹਨੂੰ ਕਹਿੰਦੇ ਕੰਮ ਕਰ, ਕੀ ਗੱਲ ਹੋਈ ਬਈ? ਨਹੀਂ ਭੈਣ ਜੀ ਡਿੱਗੀ ਨੀ, ਕਰਮ ਨਾ ਤੁਸੀਂ ਹੋ।
ਕੋਈ ਗੱਲ ਨੀ, ਘਬਰਾਓ ਨਾ ਤੁਸੀਂ, ਜੋ ਕਰੋ ਮਹਾਰਾਜ ਠੀਕ ਹੀ ਕਰਦਾ। ਸੱਚੀ ਗੱਲ ਹੈ, ਮਹਾਰਾਜ ਆਪ ਮਹਾਰਾਜ ਨੇ ਸਾਨੂੰ ਵੀ ਦਿਮਾਗ ਦਿੱਤਾ ਹੋਇਆ। ਸੱਸ ਮੈਨੂੰ ਜ਼ਿੰਮੇਵਾਰੀ ਦੇ ਕੇ ਗਈ, ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਗਈ ਆ ਚੰਗੀ ਤਰ੍ਹਾਂ। ਰੱਬ ਨਾ ਕਰੇ ਕੋਈ ਉਹਨੇ ਕੋਈ ਨੀ, ਮੈਂ ਦੁੱਧ ਪਿਆ ਤੂੰ ਮੈਂ ਵੇਹਣੀ, ਕੋਈ ਗੱਲ ਨੀ, ਪਤਾ ਸਾਨੂੰ ਵੀ ਸਾਰਾ ਪਤਾ ਹੈ। ਚਲੋ ਕੋਈ ਗੱਲ ਨੀ, ਪਿਆ ਲੈਂਦਾ ਕੋਈ ਸਭ, ਬਸ ਬੇਟੇ ਮੈਂ ਪੀ ਲੈ, ਸਾਨੂੰ ਵੀ ਸਾਰਾ ਪਤਾ ਹੈ ਭੈਣ ਜੀ। ਰਣਜੀਤ ਗਿਆ ਬੰਬੇ, ਕਿੱਥੇ ਹੈਗਾ? ਸਾਹਿਲ ਕੋ ਗੱਡੀ ਕੱਢੇ ਨੂੰ ਲੈ ਚਲੀ ਡਾਕਟਰ ਕੋਲ। ਇਹਨਾਂ ਦਿਨਾਂ ਚ ਕਿਸੇ ਵੇਲੇ ਪੈਰ ਪਾਣ ਹਾਂ ਪੈ ਜਾਂਦਾ, ਹੋਰ ਕੋਈ ਗੱਲ ਨੀ, ਉੱਚੇ ਨੀਵੇਂ ਥੱਕ ਤੋਂ ਪੈਰ ਪੈ ਜਾਂਦਾ। ਨਿਆਣੀ ਨੂੰ ਥੋੜੀ ਜੀ ਦਰਦ ਹੋਈ, ਤੁਸੀਂ ਘਬਰਾਓ ਨਾ, ਇਹਨੂੰ ਮੈਂ ਵੀ ਨਹੀਂ, ਮੈਂ ਸਭ ਨੂੰ ਜਾਣ ਦੇ। ਜਸਵੀਰ ਮੇਰੀ ਗੱਲ ਸੁਣੋ, ਚਲਿਆ ਆਹ ਪੁੱਤ ਤੂੰ ਆਉਂਦਾ, ਚੱਲ ਮੇਰੀ ਗੱਲ ਸੁਣੋ ਚਾਚੀ ਜੀ, ਉਹਨਾਂ ਨੂੰ ਦਾਈ ਦਾ ਸਾਰਾ ਕੰਮ ਆਉਂਦਾ ਵਾ, ਸਾਰੀ ਨੌਲੇਜ ਆ, ਤੁਸੀਂ ਟੈਨਸ਼ਨ ਨਾ ਲਓ, ਉਹਨਾਂ ਨੇ ਵੇਖ ਲੈਣਾ ਆਪੇ, ਜਾਓ ਮੈਂ ਤੈਨੂੰ ਵੇਹਣੀ ਆ। ਹਾਂ ਦਾਈ ਜੀ ਚੈੱਕ ਕਰੋ ਉਹਨਾਂ ਨੂੰ, ਮੈਂ ਤੇ ਜਮਾਨੇ ਦੇ ਗੱਲਾਂ ਨੇ ਸ਼ੰਮੀ, ਰੱਬ ਨਾ ਕਰੇ ਕੋਈ ਉਨੀ ਨਿੱਕੀ ਹੋ ਗਈ ਤੇ ਫਿਰ ਤੇਰੀ ਸੱਸ ਨੇ ਸਾਨੂੰ ਜੀਣ ਨਹੀਂ ਦੇਣਾ। ਨਹੀਂ ਨਹੀਂ ਤਾਈ ਜੀ, ਉਹਨਾਂ ਨੂੰ ਸਾਰੀ ਨੌਲੇਜ ਹੈ, ਐਸੀ ਗੱਲ ਨਹੀਂ। ਜਸਵੀਰ ਤੂੰ ਸ਼ੰਮੀ ਨਾਲ ਗੱਲ ਕਰ, ਡਾਕਟਰ ਵਾਲੀ ਗੱਲ ਹੋ ਗਈ ਨਾ ਤੇ ਡਾਕਟਰ ਕੋਲ ਲੈ ਜਾਵਾਂਗੇ ਭੂਆ ਜੀ, ਤੁਹਾਨੂੰ ਪਤਾ ਦੱਸ ਮੈਂ ਕਿਤੇ ਦੋਖੀ ਥੋੜਾ ਹੋ ਗਈ। ਪਰ ਸ਼ੰਮੀ ਇਹ ਚੰਗੀ ਸਿਆਣੀ ਹੈਗੀ ਆ, ਜਿਹੜੀ ਨੂੰ ਪਾਣੀ ਦੇ ਵਿੱਚ ਕਹਿਣ ਡਈ ਵਾਈਪਰ ਮਾਰ, ਉਹ ਪੈਰ ਤੇ ਲੱਗੇ ਦੱਸੋ। ਚਾਚੀ ਜੀ ਤਾਈ ਜੀ ਨੇ ਆਹ ਗੱਲ ਨਹੀਂ ਕਹੀ ਕਿ ਬਾਹਰੋਂ ਜਾ ਕੇ ਵਾਈਪਰ ਨਾਲ ਪਾਣੀ ਕੱਢ, ਉਹਨਾਂ ਨੇ ਬਸ ਇੰਨਾ ਕਿਹਾ ਸੀ ਕਿ ਇੱਕ ਦੋ ਫੁਲਕੇ ਰਸੋਈ ਚਲਾ ਤੇ ਥੋੜਾ ਬਹੁਤਾ ਪੁੱਤ ਤੁਰਿਆ ਕਰ ਘਰ ਚ, ਤੇ ਕਸਰਤ ਹੋ ਜੂਗੀ ਥੋੜੀ ਬਹੁਤੀ ਬਾਹਾਂ ਦੀ ਵੀ ਤੇਰੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕੰਮ ਸਾਰਾ ਕਰ, ਯੋਗਾ ਸਿਖਾਉਂਦੇ ਨੇ ਵੀ ਜਿਹੜੇ ਕਸਰਤ ਕਰਾਉਂਦੇ ਫਿਰਦੇ ਨੇ ਜੀ। ਆ ਜਸਵੀਰ ਫੋਨ ਦੀ ਕੀ, ਤੇਰੀ ਸੱਸ ਛੱਡ ਕੇ ਗਈ, ਮੈਨੂੰ ਨਹੀਂ ਆ ਕੰਮ ਚੰਗਾ ਲੱਗਦਾ। ਕਹਿੰਦੇ ਆ ਕਿ ਮੇਰਾ ਐਕਸਪੀਰੀਅੰਸ ਆ ਥੋੜਾ ਬਹੁਤਾ ਹਿੱਲਣਾ ਚਾਹੀਦਾ, ਬੈੱਡ ਤੇ ਸਾਰਾ ਦਿਨ ਜੁੜੀ ਰਹਿਣ ਡਈ ਏ, ਤੇ ਇਦਾਂ ਇਹਨੂੰ ਪ੍ਰੋਬਲਮ ਹੋਣੀ ਆ ਲਾਸਟ ਵੇਲੇ। ਕੋਈ ਨਹੀਂ ਪ੍ਰੋਬਲਮ ਹੁੰਦੀ, ਪਰ ਇੰਨੀ ਨਾ ਖੇਚਲ ਦਿਓ ਉਹਨੂੰ, ਸਿੱਧੀ ਗੱਲ ਜੇ ਵਾਦੇ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਜਗ ਦਾ ਪਾਣੀ ਕੱਢਣ ਲੱਗਦੀ ਆ। ਨਾ ਤੂੰ ਕਹਿੰਦੀ ਸ਼ਮੀ ਬੜੇ ਸਿਆਣੇ ਨੇ ਇਹੋ ਜਿਹੇ ਦਾਈਆਂ ਦੇ, ਅੱਜਕੱਲ੍ਹ ਗਲੀ ਮਲੇ ਤੁਰੇ ਫਿਰੇ, ਅੱਜਕੱਲ੍ਹ ਡਾਕਟਰ ਨੂੰ ਯਾਰ ਕੋਈ ਪੁੱਛਦਾ ਜੀ? ਨਾਲੇ ਇਹਨਾਂ ਨੂੰ ਪੁੱਛਦਾ ਕੌਣ ਹੈ, ਇਹ ਤਾਂ ਵੈਸੇ ਆਪਣੇ ਪੈਸੇ ਬਣਾਉਣ ਕਰਕੇ ਆ ਗਈ ਹੋਣੀ ਆ, ਪਰ ਨਾਲੇ ਕਿਹੜੇ ਕਹਿੰਦੇ ਸਕੀਤ ਆਈਏ, ਹੈਗੀ ਕਿਤੇ ਦੂਰੋਂ ਨੇੜੇ ਆ। ਆਪਾਂ ਸੁਣੀ ਕੋਈ ਵਿਆਹ ਚ ਕੋਈ ਵੇਖੀ? ਆਹੋ ਹੁਣ ਆ ਗਈ ਨਾ, ਸ਼ਮੀ ਦੇ ਵਿਆਹ ਚ ਵੇਖੀ? ਨਾ ਨਾ ਭੈਣ ਜੀ ਮੇਰੀ ਗੱਲ ਸੁਣੋ, ਮੈਂ ਇਹਨੂੰ ਅੰਦਰ ਦੇਖਿਆ ਵਾ, ਦੋਵੇਂ ਜੱਚਾ ਬੱਚਾ ਦੋਵੇਂ ਠੀਕ ਆ, ਕੋਈ ਗੱਲ ਨੀ, ਤੁਸੀਂ ਘਬਰਾਉਣ ਵਾਲੀ ਭੈਣ ਜੀ ਕੋਈ ਗੱਲ ਨੀ, ਤੁਸੀਂ ਟੈਨਸ਼ਨ ਲਾ ਦੋ। ਟੈਨਸ਼ਨ ਕਿੱਦਾਂ ਲਾ ਲਈਏ ਭੈਣ ਜੀ? ਚੰਗਾ ਆ ਭੈਣ ਜੀ, ਸੀਮਾ ਨੇ ਸਾਨੂੰ ਭੇਜਤਾ, ਚੰਗੇ ਟਾਈਮ ਆ ਗਏ, ਚਲੋ ਆਓ ਇੱਧਰ ਕੁੜੀ ਨੂੰ ਪੁੱਛੀ ਅੰਦਰ ਹੈਗੀ। ਆਓ ਆਓ, ਚਲੋ ਮੈਂ ਵੀ ਚਾਹਤਾ। ਚੱਲ ਸ਼ਮੀ ਦਾਇਆ ਮੇਰੀ ਗੱਲ ਸੁਣ ਪੁੱਤ। ਹਾਂਜੀ ਤਾਈ ਜੀ। ਮੇਰੀ ਸੋਚ ਸਮਝ ਸ਼ਮੀ ਨਾਲ ਵੇਖ,
ਤੇਰੀ ਸੱਸ ਸਿਆਣੀ ਤਾਂ ਹੀ ਮੈਨੂੰ ਇੱਕ ਤੁਹਾਡੀ ਜ਼ਿੰਮੇਵਾਰੀ ਦੇ ਦੇਵੇ ਤੇ ਪੁੱਤ ਮੈਂ ਪੂਰੀ ਜ਼ਿੰਮੇਵਾਰੀ ਨਿਭਾਉਣ ਦੇ ਜ਼ਿੰਮੇਵਾਰੀ 'ਚ ਪੁੱਤ ਮੈਂ ਕੋਈ ਕਸਰ ਨਹੀਂ ਛੱਡੀ ਉਹਨੂੰ ਚਾਹ ਨੀਵਾਂ ਖਾਣਾ ਪੀਣਾ ਸਾਰਾ ਦੱਸਣ ਦੇ ਨਾਲੇ ਪੁੱਤ ਉਹਨੂੰ ਤਾਂ ਮੈਂ ਭਾਰਾ ਕੰਮ ਰਹਿਣਗੀ ਇਹੋ ਆਉਂਦੀ ਹਾਂ ਵੀ ਲਾਗੇ ਦੋ ਜਣ ਭਾਂਡੇ ਧੋ ਦੇ ਤੇ ਥੋੜ੍ਹਾ ਬਹੁਤਾ ਕਿਤੇ ਫੁਲਕਾ ਫਲਕਾ ਲਾ ਦੇ ਕੋ ਸਬਜ਼ੀ ਨੂੰ ਤੜਕਾ ਲਾ ਦੇ ਤੇ ਪੁੱਤ ਮੈਨੂੰ ਲੱਗਦਾ ਵਾ ਵੀ ਸਾਰੇ ਜਾਣੇ ਹੈ ਨਾ ਦੇਖੋ ਉਹ ਵੀ ਦੋਵੇਂ ਜਾਣੀਆਂ ਆਈਆਂ ਸੈਲ ਵੀ ਇਹਨਾਂ ਨੂੰ ਮੈਂ ਇੱਥੇ ਬਰਦਾਸ਼ਤ ਨਹੀਂ ਹੁੰਦੀ ਕਿ ਇਹਨਾਂ ਦੇ ਇਹ ਚਾਹੁੰਦੇ ਆ ਵੀ ਤਾਈ ਜੀ ਇੱਥੋਂ ਚਲੇ ਜਾਣ ਤੇ ਤੂੰ ਕੀ ਚਾਹੁੰਦੀ ਆ ਮੈਨੂੰ ਇਹ ਗੱਲ ਦੱਸ ਦੇ ਵੀ ਮੈਂ ਮਾੜਾ ਕਰਨ ਡਈ ਹਾਂ ਤੇ ਚੰਗਾ ਕਰਨ ਡਈ ਹਾਂ ਮੇਰੀ ਗੱਲ ਸੁਣ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਉਹਨਾਂ ਨੂੰ ਪਤਾ ਕੀ ਚੇਂਜ ਲੱਗਣ ਡਿਆ ਵਾ ਕਿ ਪਹਿਲੇ ਸਿਮਰਤ ਕੰਮ ਨਹੀਂ ਸੀ ਕਰਦੀ ਤੇ ਹੁਣ ਤੁਸੀਂ ਆਣ ਕੇ ਉਹਨੂੰ ਕੰਮ ਲਾਤਾ ਵਾ ਤੁਸੀਂ ਤੇ ਸੋਚਣ ਡੇ ਸੀ ਉਹਦਾ ਭਲਾ ਪਰ ਉਹਨੇ ਕਦੀ ਕੰਮ ਕੀਤਾ ਨਹੀਂ ਆ ਉਹਦੇ ਕੋਲ ਹੁੰਦਾ ਨਹੀਂ ਗਾ ਹੁਣ ਉਹ ਤਿਲਕ ਜਾਂਦੀ ਤੇ ਅਭੀ ਨਬੀ ਹੋ ਹੀ ਜਾਣੀ ਸੀ ਸਾਰਾ ਤੁਹਾਡੇ ਸਿਰ ਮੜਿਆ ਜਾਣਾ ਸੀ ਕੰਮ ਤੇ ਨਾਲ ਮੇਰੇ ਮੜਿਆ ਜਾਣਾ ਸੀ ਮੰਮੀ ਨੇ ਤੇ ਮੈਨੂੰ ਨਹੀਂ ਜੀਣ ਦੇਣਾ ਆਣ ਕੇ ਉਹਨਾਂ ਨੇ ਕਹਿਣਾ ਸੀ ਤੂੰ ਮਗਰੋਂ ਕੁੜੀ ਦਾ ਧਿਆਨ ਨਹੀਂ ਰੱਖਿਆ ਤੂੰ ਜਾਣ ਬੁੱਝ ਕੇ ਆਹ ਕੁਝ ਕੀਤਾ ਵਾ ਕਿ ਉਹਦਾ ਬੱਚਾ ਨਾ ਦੁਨੀਆ 'ਚ ਆਵੇ ਸਮਝਣ ਡੇ ਜੇ ਤਾਈ ਜੀ ਮੈਂ ਤਾਂ ਪੁੱਤ ਸਮਝਦੀ ਹਾਂ ਮੈਂ ਤਾਂ ਇਹੋ ਹੀ ਆਉਂਦੀ ਹਾਂ ਵੀ ਹੁਣ ਜਿੱਦਾਂ ਉਹ ਮੈਨੂੰ ਗੱਲਾਂ ਬਾਤਾਂ ਕਰਕੇ ਗਈਆਂ ਮੈਂ ਤੇ ਮੇਰਾ ਤੇ ਇਹ ਇਰਾਦਾ ਕਰਦਾ ਉਹ ਤਾਂ ਮੈਂ ਆਪਣਾ ਬੰਨਾ ਲੀੜਾ ਕੱਪੜਾ ਤੇ ਮੈਂ ਜਾਵਾਂ ਮੈਂ ਇੱਥੇ ਕੀ ਕਰਨਾ ਮੈਂ ਫਿਰ ਵੱਲ ਸੁਣੀ ਆ ਕਦੀ ਮਾਂ ਦੀਆਂ ਸੁਣੂ ਕਦੀ ਮੈਂ ਕਿਸੇ ਦੀਆਂ ਸੁਣੂ ਕਦੀ ਮੈਂ ਸਹਿਲ ਦੀਆਂ ਸੁਣੂ ਮੇਰੀ ਗੱਲ ਸੁਣੋ ਤਾਈ ਜੀ ਉਹ ਰਹਿਣ ਨਹੀਂ ਆਏ ਉਹਨਾਂ ਨੇ ਥੋੜ੍ਹੇ ਦਿਨ ਹੀ ਰਹਿਣਾ ਵਾ ਉਹਨਾਂ ਨੇ ਜ਼ਿਆਦਾ ਦਿਨ ਨਹੀਂ ਰਹਿਣਾ ਥੋੜ੍ਹੇ ਦਿਨ ਰਹਿ ਕੇ ਉਹਨਾਂ ਨੇ ਆਪਣੇ ਘਰ ਚਲ ਜਾਣਾ ਵਾ ਅਤੇ ਤੁਸੀਂ ਨਾ ਜਾਓ ਤੁਸੀਂ ਆਰਾਮ ਨਾਲ ਇੱਥੇ ਰਹੋ ਜਦੋਂ ਮੰਮੀ ਜੀ ਆ ਜਾਣਗੇ ਤੁਸੀਂ ਉਸੇ ਵੇਲੇ ਚੱਲ ਜਿਓ ਮੈਂ ਉਹਨਾਂ ਦੇ ਮਗਰੋਂ ਤੁਹਾਨੂੰ ਨਹੀਂ ਜਾਣ ਦੇਣਾ ਬਸ ਪੁੱਤ ਤੇਰੀ ਸੱਸ ਮੈਨੂੰ ਇਸੇ ਕਰਕੇ ਛੱਡ ਕੇ ਗਈ ਆ ਨਾਲੇ ਥੋੜ੍ਹਾ ਬਹੁਤਾ ਮੈਨੂੰ ਪਤਾ ਵਾ ਬੱਚੇ ਦੁਨੀਆਂ 'ਚ ਆਖ ਲੈਂਦੀ ਹਾਂ ਅਤੇ ਨਾਲੇ ਪੁੱਤ ਮੈਂ ਸਿਆਣੀ ਹਾਂ ਅਤੇ ਨਹੀਂ ਤਾਂ ਪੁੱਤ ਮੈਂ ਕਦੀ ਘਰ ਵਾਧੂ ਹਾਂ ਵੀ ਮੈਂ ਤੁਰੀ ਫਿਰਦੀ ਆ ਵੇ ਹੁਣ ਮੈਨੂੰ ਨਾ ਉਹ ਵੀ ਗੱਲ ਕਰ ਗਈ ਅਤੇ ਉਹ ਵੀ ਗੱਲ ਕਰ ਗਈ ਵੀ ਇਹ ਗੱਲਾਂ ਸੁਣੀਆਂ ਹੀ ਇਹ ਗਲੀ ਗਲੀ ਦਾਈਆਂ ਤੁਰੀਆਂ ਫਿਰਦੀਆਂ ਪੁੱਤ ਮੈਂ ਪੈਸੇ ਤਾਂ ਮੈਂ ਬਦਲੇ ਆਈ ਹਾਂ ਮੈਂ ਕਿਤੇ ਭੁੱਖੀ ਹਾਂ ਮੈਂ ਤਾਂ ਤੁਹਾਡਾ ਕਰਕੇ ਆਈ ਹਾਂ ਪੁੱਤ ਮੈਂ ਨਹੀਂ ਹਾਂ ਚੱਲ ਉਹਦੇ ਨਾਲ ਨਾਲ ਮੈਂ ਤੈਨੂੰ ਦਵਾਈ ਖਵਾਉਂਦੀ ਕਿਤੇ ਤੇਰਾ ਪੁੱਤ ਫਾਇਦਾ ਹੋ ਜਾਂਦਾ ਤਾਈ ਜੀ ਮੇਰੀ ਸੁਣੋ ਗੱਲ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਹਨਾਂ ਨੇ ਇੱਥੇ ਜ਼ਿਆਦਾ ਦਿਨ ਨਹੀਂ ਰਹਿਣਾ ਥੋੜ੍ਹੇ ਦਿਨ ਹੀ ਰਹਿਣਾ ਅਤੇ ਤੁਸੀਂ ਆਰਾਮ ਨਾਲ ਇੱਥੇ ਰਹੋ ਬਾਕੀ ਇਹ ਆ ਕਿ ਚੱਲ ਕੋਈ ਗੱਲ ਨਹੀਂ ਜਿੰਨੇ ਦਿਨ ਉਹ ਹੈਗੇ ਆਪੇ ਸਿਮਰਤ ਦਾ ਵੇਖ ਲੈਂਦੇ ਆ ਅਤੇ ਜੋ ਤੁਹਾਨੂੰ ਗਲਤ ਲੱਗੂਗਾ ਨਾ ਉਹ ਤੁਸੀਂ ਕਹਿ ਦਿਓ ਕਹਿਣਾ ਕਿਉਂ ਨਹੀਂ ਆ ਤੁਸੀਂ ਸਿਆਣੇ ਬਿਆਣੇ ਜੇ ਤੁਸੀਂ ਕਹਿ ਸਕਦੇ ਜੇ ਕੋਈ ਉੱਦਾਂ ਹੀ ਮਾੜੀ ਜਿਹੀ ਤਿਲਕ ਗਈ ਤਾਂ ਫਿਰ ਉਹਨਾਂ ਨੂੰ ਵੀ ਗੁੱਸਾ ਚੜ ਗਿਆ ਵੀ ਜੇ ਤਿਲਕ ਜਾਂਦੀ ਤਾਂ ਕੀ ਬਣਦਾ ਹੈ ਨਾ ਇਹ ਤਾਂ ਮੈਨੂੰ ਵੀ ਟੈਨਸ਼ਨ ਹੈਗੀ ਸੀ ਚੱਲ ਪੁੱਤ ਦੂਜੀ ਗੱਲ ਰਹੀ ਮੇਰੀ ਦਵਾਈ ਦੀ ਮੈਨੂੰ ਤਾਂ ਤੁਸੀਂ ਹੁਣ ਦਵਾਈ ਖਵਾ ਕੇ ਜਾਣਾ ਵਾ ਇੱਦਾਂ ਤਾਂ ਤੁਹਾਨੂੰ ਮੈਂ ਵੀ ਨਹੀਂ ਜਾਣ ਦਿੰਦੀ ਜਿੰਨਾ ਚਿਰ ਮੰਮੀ ਜੀ ਨਹੀਂ ਨਾ ਘਰ ਆਉਂਦੇ ਮੈਂ ਤੁਹਾਨੂੰ ਨਹੀਂ ਜੇ ਜਾਣ ਦੇਣਾ ਇੱਥੋਂ ਨਹੀਂ ਪੁੱਤ ਮੈਂ ਐਡੀ ਵੀ ਨਹੀਂ ਅਤੇ ਤੁਹਾਨੂੰ ਜਵਾਬ ਨਹੀਂ ਛੱਡ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਛੱਡ ਕੇ ਚੱਲ ਜਾਊਗੀ ਪੁੱਤ ਮੈਂ ਹੁਣ ਲਭਾ ਕੇ ਜਾਊਂ ਜਿੰਨੇ ਚਿਰ ਤੇਰੀ ਮੰਮੀ ਨਾਲ ਨਾ ਆਈ ਉਨਾ ਚਿਰ ਨਹੀਂ ਮੈਂ ਜਾਂਦੀ ਜਦੋਂ ਆ ਕੇ ਆਖੂਗੀ ਨਾ ਵੀ ਤੁਸੀਂ ਭੈਣ ਤੂੰ ਚਲੀ ਜਾ ਉਦੋਂ ਹੀ ਮੈਂ ਜਾਊਂਗੀ ਮੈਂ ਨਹੀਂ ਹੁਣ ਜਾਂਦੀ ਠੀਕ ਹੈ